ਸਤਿ ਸ਼੍ਰੀ ਅਕਾਲ ਜੀ, ਮੈਂ ਮਾਸਟਰ ਸਲੀਮ। ਅੱਜ ਕੱਲ੍ਹ ਮੈਂ ਬੜਾ ਸੋਸ਼ਲ ਮੀਡੀਆ 'ਤੇ ਜਾਂ ਹਰ ਯੂਟਿਊਬ ਚੈਨਲ 'ਤੇ ਦੇਖ ਰਿਹਾ ਕਿ ਲੈਂਬਰ ਭਾਜੀ ਵਾਸਤੇ, ਲੈਂਬਰ ਹੁਸੈਨਪੁਰੀ ਸਾਹਿਬ ਵਾਸਤੇ ਅਤੇ ਉਹਨਾਂ ਦੀ ਫੈਮਿਲੀ ਵਾਸਤੇ ਬੜਾ ਕੁਛ ਲਿਖਿਆ ਜਾ ਰਿਹਾ, ਬੜਾ ਕੁਛ ਇੰਟਰਵਿਊਜ਼ ਚੱਲ ਰਹੀਆਂ ਨੇ ਸਾਰਿਆਂ ਦੀਆਂ। ਮੈਂ ਬੜੇ ਚਿਰ ਤੋਂ ਲੈਂਬਰ ਭਾਜੀ ਨੂੰ ਜਾਣਦਾ ਔਰ ਮੇਰੇ ਗੁਆਂਢੀ ਵੀ ਨੇ, ਉਹ ਮੇਰੇ ਭਰਾ ਵੀ ਨੇ ਵੱਡੇ। ਬੜਾ ਪਿਆਰ ਮਿਲਿਆ ਉਹਨਾਂ ਵੱਲੋਂ ਹਮੇਸ਼ਾ, ਮੈਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦਾ। ਮੇਰੀ ਗੁਜ਼ਾਰਿਸ਼ ਹੈ ਲੈਂਬਰ ਭਾਜੀ ਨੂੰ ਵੀ ਅਤੇ ਸਾਡੀ ਭੈਣ ਕਹਿ ਸਕਦੇ ਹਾਂ, ਸਾਡੀ ਭੈਣ ਹੈ ਛੋਟੀ, ਵੱਡੀ ਭੈਣ ਰੋਜ਼ੀ, ਲੈਂਬਰ ਭਾਜੀ ਵੱਡੇ ਭਰਾ ਨੇ, ਦੋਨੋਂ ਹਸਬੈਂਡ ਵਾਈਫ ਸਾਡੇ ਲਈ ਬੜਾ ਮਾਇਨੇ ਰੱਖਦੇ ਨੇ, ਬੜੇ ਰਿਸਪੈਕਟਡ ਨੇ। ਮੇਰੀ ਦੋਨਾਂ ਨੂੰ ਗੁਜ਼ਾਰਿਸ਼ ਹੈ ਕਿ ਘਰ ਦਾ ਮਸਲਾ ਘਰ ਬਹਿ ਕੇ ਸੋਲਵ ਕੀਤਾ ਜਾਵੇ। ਵੈਸੇ ਵੀ ਮੈਂ ਕਦੀ ਜ਼ਿੰਦਗੀ 'ਚ ਲੈਂਬਰ ਭਾਜੀ ਨੂੰ ਲੜਦੇ ਨਹੀਂ ਦੇਖਿਆ। ਮੈਂ ਲੈਂਬਰ ਭਾਜੀ ਨਾਲ ਇੱਕ ਕੈਨੇਡਾ ਦਾ ਟੂਰ ਕੀਤਾ ਸੀ, ਮੈਂ ਲੈਂਬਰ ਸਾਹਿਬ ਅਤੇ ਕਲੇਰਕੰਡ ਸਾਹਿਬ, ਅਸੀਂ ਬੜੇ ਹੱਸਦੇ ਖੇਡਦੇ ਰਹੇ ਉੱਥੇ। ਚਲੋ ਇਹ ਤਾਂ ਗੱਲ ਸਾਡੀ ਹੋ ਗਈ ਕਿ, ਪਰ ਮੈਂ ਸਿਰਫ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ ਕਿ ਯਾਰ ਉਹਨਾਂ ਦੀ ਪਰਿਵਾਰਿਕ ਗੱਲ ਹੈ, ਕੋਈ ਛੋਟੀ ਜਿਹੀ ਮਿਸਅੰਡਰਸਟੈਂਡਿੰਗ ਹੈ ਜਿਹਨੇ ਬਹੁਤ ਵੱਡਾ ਰੂਪ ਧਾਰਨ ਕਰ ਲਿਆ ਹੈ। ਔਰ ਅੱਜ ਕੱਲ੍ਹ ਦਾ ਸਮਾਂ ਤਾਂ ਵੈਸੇ ਹੀ ਬੜਾ ਅਜੀਬ ਜਿਹਾ ਗੁਜ਼ਰ ਰਿਹਾ, ਹਰ ਇੱਕ ਬੰਦਾ ਦੁਖੀ ਹੈ, ਹਰ ਇੱਕ ਫੈਮਿਲੀ ਦੁਖੀ ਹੈ ਵਾਤਾਵਰਨ ਤੋਂ। ਇਸ ਕਰੋਨਾ ਨੇ ਦੁਖੀ ਕਰ ਰੱਖਿਆ ਸਾਰੀ ਦੁਨੀਆਂ ਨੂੰ, ਔਰ ਇਹਦੇ ਵਿੱਚ ਉੱਤੋਂ ਇੱਦਾਂ ਦੀਆਂ ਚੀਜ਼ਾਂ ਸੁਣਨ ਨੂੰ ਮਿਲ ਜਾਣ, ਬੰਦਾ ਹੋਰ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ। ਸੋ ਮੇਰੀ ਗੁਜ਼ਾਰਿਸ਼ ਹੈ ਸੋਸ਼ਲ ਮੀਡੀਆ ਨੂੰ ਵੀ ਅਤੇ ਜਿਹੜਾ ਪ੍ਰਿੰਟ ਮੀਡੀਆ ਉਹਨੂੰ ਵੀ, ਅਤੇ ਜਿਹੜੇ ਲੋਕ ਯੂਟਿਊਬ ਚੈਨਲ ਬਣਾ ਕੇ ਇੰਟਰਵਿਊਜ਼ ਵਗੈਰਾ ਕਰ ਰਹੇ ਨੇ, ਬੱਚਿਆਂ ਦੀਆਂ ਵੀ, ਭਾਬੀ ਜੀ ਦੀਆਂ ਵੀ, ਭਾਜੀ ਲੈਂਬਰ ਦੀਆਂ, ਕਿ ਭਾਈ ਪਲੀਜ਼ ਤੁਸੀਂ ਉਹਨਾਂ ਨੂੰ ਜੋੜੋ, ਉਹਨਾਂ ਨੂੰ ਤੋੜੋ ਨਾ, ਹੈ ਨਾ। ਜੇ ਕੋਈ ਬੱਚੇ ਇੱਦਾਂ ਦੀ ਕੋਈ ਗੱਲ ਕਰਦੇ ਤਾਂ ਉਹਨਾਂ ਨੂੰ ਸਮਝਾਓ ਕਿ ਕੋਈ ਨਹੀਂ, ਤੁਹਾਡਾ ਪਿਓ ਹੈ, ਉਹਨੇ ਕੀਤਾ ਵੀ ਬੜਾ ਕੁਛ ਹੈ ਤੁਹਾਡੇ ਲਈ। ਜੇ ਤੁਹਾਡੀ ਪੜ੍ਹਾਈ ਪਿੱਛੇ ਜਾਂ ਕਿਸੇ ਚੀਜ਼ ਪਿੱਛੇ ਤੁਹਾਨੂੰ ਝਿੜਕਦਾ ਤਾਂ ਉਹਦਾ ਹੱਕ ਬਣਦਾ। ਔਰ ਜੇ ਭਾਬੀ ਕੋਈ ਗੱਲ ਕਰਦੀ ਹੈ ਤਾਂ ਭਾਬੀ ਨੂੰ ਸਮਝਾਓ, ਜੇ ਭਾਜੀ ਕੋਈ ਗੱਲ ਕਰਦਾ ਤਾਂ ਭਾਜੀ ਨੂੰ ਸਮਝਾਓ। ਆਪਾਂ ਉਹਨਾਂ ਨੂੰ ਤੋੜਨਾ ਨਹੀਂ ਹੈ, ਆਪਾਂ ਉਹਨਾਂ ਨੂੰ ਜੋੜਨਾ ਹੈ। ਅਤੇ ਲੈਂਬਰ ਭਾਜੀ ਨੂੰ ਮੈਂ ਬਹੁਤ ਸਾਲਾਂ ਤੋਂ ਜਾਣਦਾ। ਲੈਂਬਰ ਭਾਜੀ ਕੋਈ ਗੱਲ ਨਹੀਂ, ਇਹ ਔਖਾ ਵੇਲਾ ਹੈ, ਲੰਘ ਜਾਏਗਾ। ਪਰ ਮੇਰੀ ਗੁਜ਼ਾਰਿਸ਼ ਹੈ ਕਿ ਪਲੀਜ਼ 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 ਤੁਸੀਂ ਆਪਣਾ ਮਸਲਾ ਜਿਹੜਾ ਹੈ, ਉਹ ਛੋਟੀ ਜਿਹੀ ਮਿਸਅੰਡਰਸਟੈਂਡਿੰਗ ਹੈ, ਉਹਨੂੰ ਘਰ ਬੈਠ ਕੇ ਸੋਲਵ ਕਰੋ। ਮੇਰੀ ਭਾਬੀ ਨੂੰ ਵੀ ਗੁਜ਼ਾਰਿਸ਼ ਹੈ, ਮੇਰੀ ਭਾਜੀ ਲੈਂਬਰ ਨੂੰ ਵੀ ਗੁਜ਼ਾਰਿਸ਼ ਹੈ, ਬੱਚਿਆਂ ਨੂੰ ਵੀ ਗੁਜ਼ਾਰਿਸ਼ ਹੈ ਕਿ ਕੱਲ੍ਹ ਨੂੰ ਫਿਰ ਤੁਸੀਂ ਇਕੱਠੇ ਹੋਣਾ ਹੈ, ਕੱਲ੍ਹ ਨੂੰ ਫਿਰ ਤੁਸੀਂ ਆਪਣੀ ਫੈਮਿਲੀ 'ਚ ਹੀ ਹੋਣਾ ਹੈ, ਸਾਰਿਆਂ ਨੇ ਇਕੱਠੇ ਹੋ ਕੇ ਬੈਠਣਾ, ਇਕੱਠੇ ਰੋਟੀ ਖਾਣੀ ਹੈ, ਚਾਹ ਪੀਣੀ ਹੈ। ਸੋ ਮੇਰੀ ਗੁਜ਼ਾਰਿਸ਼ ਹੈ ਪਲੀਜ਼ 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 ਆਪਣੇ ਘਰ ਦੀ ਗੱਲ ਆਪਣੇ ਘਰ 'ਚ ਬੈਠ ਕੇ ਸੋਲਵ ਕਰਾਂਗੇ, ਅਸੀਂ ਤੁਹਾਡੇ ਨਾਲ ਹਾਂ, ਜਿੱਥੇ ਤੁਸੀਂ ਕਹੋਗੇ ਅਸੀਂ ਆ ਜਾਵਾਂਗੇ। ਬੈਠ ਕੇ ਆਰਾਮ ਨਾਲ ਗੱਲ ਕਰੋ, ਆਰਾਮ ਨਾਲ ਗੱਲ ਨੂੰ ਸੋਲਵ ਕਰੋ, ਸੋਰਟ ਆਊਟ ਕਰੋ ਮਸਲਾ ਜਿਹੜਾ ਵੀ ਹੈ। ਅਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਲੈਂਬਰ ਭਾਜੀ ਤੁਹਾਨੂੰ ਵੀ ਅਤੇ ਰੋਜ਼ੀ ਭੈਣ ਜੀ ਤੁਹਾਨੂੰ ਵੀ, ਮਿਹਰਬਾਨੀ।